ਨਮਸਕਾਰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਬ੍ਰੈਕਫਾਸਟ ਨਿਊਜ਼ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਨਾਲ ਸਟੂਡੀਓ 'ਚ ਅਖਬਾਰਾਂ ਦੀਆਂ ਸੁਰਖੀਆਂ ਤੇ ਗੱਲ ਕਰਨਗੇ ਚੰਡੀਗੜ੍ਹ ਦੇ ਸੁਪਰ ਕੌਪ ਚੰਡੀਗੜ੍ਹ ਦੇ ਐਸਐਸਪੀ ਇਹ ਯੂਨੀਅਨ ਟੈਰੀਟਰੀ ਹੈ ਕੇਂਦਰੀ ਸਵੈਸ਼ ਪ੍ਰਦੇਸ਼ ਹੈ ਚੰਡੀਗੜ੍ਹ ਉੱਥੋਂ ਦੇ ਐਸਐਸਪੀ ਨੌਨੇ ਹਲ ਸਿੰਘ ਇਹਨਾਂ ਦੇ ਨਾਲ ਅਸੀਂ ਚੰਡੀਗੜ੍ਹ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਐਨਫੋਰਸਮੈਂਟ ਹੈ ਲਾਅ ਦੀ ਉਸਤੇ ਬਾਰੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ ਪੰਜਾਬ ਚ ਔਰਤਾਂ ਨਰ ਬਲਾਤ ਕਰਤੇ ਜੁਰਮੀਆਂ ਕੱਟਾਵਾ ਚ ਪੂਰਾ ਵਾਅਦਾ ਜਿਲੰਦਰ ਚ ਨਾਬਾਲਗ ਸਮੂਹੋ ਖਿਲਾਫ ਕਰਦਾ ਸ਼ਿਕਾਰ ਜ਼ਿੰਦਗੀ ਤੇ ਮੌਤ ਨਾਲ ਕਰ ਰਹੀ ਹੈ ਲੜਾਈ ਗੁਰਦਾਸਪੁਰ ਚ ਅਗਵਾ ਲੜਕੀ ਦਾ ਕੋਈ ਥਾਂ ਪਤਾ ਨਹੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਬ੍ਰਹੀਮ ਖਿਲਾਫ ਬਠਿੰਡਾ ਦੀ ਅਦਾਲਤ ਚ ਸੁਣਵਾਈ ਅੱਜ 2007 ਚ ਜਾਮੇ ਇਨਸਾਨ ਪਿਆਉਣ ਵੇਲੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਪੜ੍ਹਾਉਣ ਦੇ ਮਾਮਲੇ ਚ ਚੱਲ ਰਹੀ ਹੈ ਅਦਾਲਤੀ ਕਾਰਵਾਈ ਪਾਕਿਸਤਾਨ ਵਿੱਚਲੇ ਗੁਰਦੁਆਰਿਆਂ ਦੀ ਜ਼ਮੀਨ ਵੇਚਣ ਤੇ ਪਾਕਿਸਤਾਨ ਸਰਕਾਰ ਨੇ ਲਈ ਪਾਬੰਦੀ ਗੁਰਦੁਆਰਿਆਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਿਆਂ ਤੇ ਜ਼ਮੀਨ ਵੇਚਣ ਦੀਆਂ ਖਬਰਾਂ ਮੀਡੀਆ 'ਚ ਆਉਣ ਦੇ ਬਾਅਦ ਚੁੱਕਿਆ ਕਦਮ ਅਤੇ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਕਰ ਸਕਣਗੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਸਰਕਾਰੀ ਸਕੂਲਾਂ 'ਚ 20 ਫਰਵਰੀ ਨੂੰ ਹੋਵੇਗਾ ਸਾਲਾਨਾ ਸਮਾਗਮ ਤੋਂ ਦੱਸਿਆ ਜਿਵੇਂ ਕਿ ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ ਚੰਡੀਗੜ੍ਹ ਦੇ ਐਸਐਸਪੀ ਨੌਨਿਹਾਲ ਸਿੰਘ ਨੌਨਿਹਾਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ 'ਚ ਅ ਅੱਜ ਦੇ ਜੇ ਅਖਬਾਰਾਂ ਦੀ ਗੱਲ ਕਰੀਏ ਆਪਾਂ ਉਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂਗਾ ਕਿ ਤੁਸੀਂ ਇੱਕ ਸੀਨੀਅਰ ਅਫਸਰ ਹੋ ਪੁਲਿਸ ਦੇ ਵਿੱਚ ਅ ਤੁਸੀਂ ਜਦੋਂ ਸਵੇਰੇ-ਸਵੇਰੇ ਅਖਬਾਰ ਆਉਂਦੇ ਹੋ ਤੇ ਤੁਸੀਂ ਕੀ ਦੇਖਦੇ ਹੋ ਸਭ ਤੋਂ ਪਹਿਲਾਂ ਕ੍ਰਾਈਮ ਨਾਲ ਜੁੜੀਆਂ ਖਬਰਾਂ ਦੇਖਦੇ ਹੋ ਜਾਂ ਵੈਸੇ ਆਲ ਓਵਰ ਉਸਤੇ ਇੱਕ ਨਜ਼ਰ ਮਾਰਦੇ ਹੋ ਦੇਖੋ ਇਹ ਸਭ ਤੋਂ ਪਹਿਲਾਂ ਮੈਂ ਕਲੀਅਰ ਕਰੂੰਗਾ ਕਿ ਆਈ ਐਮ ਨਾਟ ਜਸਟ ਅ ਪੁਲਿਸ ਆਫਸਰ ਮੈਂ ਇੱਕ ਸਿਟੀਜ਼ਨ ਵੀ ਹੈਗਾ ਇੱਕ ਸੋ ਅਖਬਾਰ ਨੂੰ ਮੈਂ ਦੋਨੋਂ ਪੱਖੋਂ ਦੇਖਦਾ ਐ ਐਜ਼ ਅ ਸਿਟੀਜ਼ਨ ਕੀ ਸਾਡੇ ਦੇਸ਼ ਤੇ ਸਮਾਜ ਵਿੱਚ ਕੀ ਘਟਿਤ ਹੋਇਆ ਤੇ ਉਹਦਾ ਕੀ ਰਿਫਲੈਕਸ਼ਨ ਹੈ ਲੇਕਿਨ ਆਫਕੋਰਸ ਬਿਕੋਜ਼ ਮੈਂ ਪ੍ਰੋਫੈਸ਼ਨਲ ਪੁਲਿਸ ਆਫਸਰ ਐ ਇਸ ਕਰਕੇ ਜਿਹੜੀ ਕ੍ਰਾਈਮ ਬਰ ਸੰਬੰਧਿਤ ਖਬਰਾਂ ਹੈਗੀਆਂ ਉਹਨਾਂ ਨੂੰ ਬਹੁਤ ਡਿਟੇਲ ਵਿੱਚ ਦੇਖਦਾ ਹੈਗਾ ਤੇ ਉਹਦੀ ਕੋਕ ਵੀ ਕਰਦਾ ਐ ਜਿਵੇਂ ਅੱਜ ਦੇਖੀ ਆਪਾਂ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਫਰਸਟ ਲੀਡ ਲਈ ਆ ਉਹਨਾਂ ਨੇ ਖਬਰ ਹੈ 3 ਕੌਪਸ ਟੂ ਪ੍ਰੋਵਾਈਡ ਕਵਰ ਟੂ ਈਚ ਵੀਆਈਪੀ ਜਸਟ 1 ਪੁਲਿਸਮੈਨ ਫੋਰ 761 ਸਿਟੀਜ਼ਨਸ ਆਨਓਵਰ ਪੂਰੇ ਇੰਡੀਆ ਦਾ ਜਿਹੜਾ ਸਰਵੇਖਣ ਐ ਪੁਲਿਸ ਦਾ ਉਹ ਗ੍ਰੈਮੈਂਟ ਨੇ ਰਿਪੋਰਟ ਦਿੱਤੀ ਹੈ ਇੱਕ ਸਰਵੇ ਰਿਪੋਰਟ ਯੂ ਆਰ ਰਾਈਟ ਲੇਕਿਨ ਇਹ ਜਿਹੜੀ ਅਸੈਸਮੈਂਟ ਹੈ ਇਹਨਾਂ ਨੇ ਓਵਰਆਲ ਇੰਡੀਆ ਜਿਹੜਾ ਹੈਗਾ ਉਹਦਾ ਇੱਕ ਐਵਰੇਜ ਕੱਢਿਆ ਹੈਗਾ ਕਿ ਟੋਟਲ ਸਾਡੇ ਕਿੰਨੇ ਪ੍ਰੋਟੈਕਟਿਵ ਹੈਗੇ ਤੇ ਉਹਨਾਂ ਨਾਲ ਕਿੰਨਾ ਜਿਹੜੀ ਨਫਰੀ ਹੈ ਉਹ ਲਈ ਗਈ ਹੈ ਬਟ ਵਾਟ ਜਿਹੜੀ ਇੱਕ ਇਸ਼ੂ ਜਿਹੜਾ ਹੈ ਫਲੈਗ ਕਰਦੀ ਹੈ ਉਹ ਇੰਪੋਰਟੈਂਟ ਇਸ਼ੂ ਇਹ ਹੈਗਾ ਕਿ ਸਾਡੀ ਜਿੰਨੀ ਦੇਸ਼ ਦੀ ਆਬਾਦੀ ਹੈ ਤੇ ਜੋ ਸਾਡੇ ਦੇਸ਼ ਤੇ ਹਾਲਾਤ ਹੈ ਤੇ ਜੋ ਸਾਡੇ ਨਾਗਰਿਕਾਂ ਦੀ ਉਪੇਕਸ਼ਾ ਹੈਗੀ ਹੈ ਕਿ ਉਹਨਾਂ ਨੂੰ ਕਿੰਨੀ ਸਿਕਿਉਰਿਟੀ ਮਿਲਣੀ ਚਾਹੀਦੀ ਹੈ ਉਸ ਮੁਤਾਬਕ ਸਾਡੇ ਕੋਲ ਫੋਰਸ ਘਟ ਹੈ ਤੇ ਪ੍ਰੋਬੇਬਲੀ ਪ੍ਰੋਬੇਬਲੀ ਡਿਸਪਰੋਪੋਰਸ਼ਨੇਟਲੀ ਹਾਈ ਜਿਹੜਾ ਪਰਸੈਂਟੇਜ ਆਫ ਫੋਰਸ ਉਹ ਥੋੜੇ ਬੰਦਿਆਂ ਦੀ ਸਿਕਿਉਰਿਟੀ ਤੇ ਲੱਗੀ ਹੈ ਸੋ ਜੇ ਅਸੀਂ ਉਹ ਸਿਕਿਉਰਿਟੀ ਨੂੰ ਕੈਮ ਰੱਖਣਾ ਹੈ ਉਹਨਾਂ ਬੰਦਿਆਂ ਦੀ ਸਿਕਿਉਰਿਟੀ ਨੂੰ ਤਾਂ ਸਾਨੂੰ ਇਹ ਚਾਹੀਦਾ ਹੈਗਾ ਕਿ ਕੁਝ ਹੋਰ ਰਿਸੋਰਸਸ ਜਨਰੇਟ ਕੀਤੇ ਜਾਣ ਤੇ ਹੋਰ ਨਫਰੀ ਜਿਹੜੀ ਹੈ ਉਹਨੂੰ ਉਹਨੂੰ ਰਿਕਰੂਟ ਕਰਕੇ ਆਮ ਬੰਦਿਆਂ ਦੀ ਸਿਕਿਉਰਿਟੀ ਵਾਸਤੇ ਵੀ ਲਾਇਆ ਧਿਆਨ ਦੇਣਾ ਚਾਹੀਦਾ ਹਾਂ ਜੀ ਤੁਸੀਂ ਦੱਸਿਆ ਕਿ ਵੀਆਈਪੀਜ਼ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਸ਼ਿਕਾਰ ਹੋ ਚੁੱਕੇ ਨੇ ਤੇ ਇੱਕ ਮੁੱਖ ਮੰਤ ਉਸ ਵੇਲੇ ਪ੍ਰਤਾਪ ਸਿੰਘ ਕੈਰੋਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅ ਇੰਡੀਆ ਵਿੱਚ ਦੇਸਪਾਈਟ ਬੀਇੰਗ ਅ ਡੈਮੋਕ੍ਰੇਸੀ ਐਂਡ ਅ ਵੈਰੀ ਸਿਕਿਉਰ ਨੇਸ਼ਨ ਸਾਡੀ ਬਹੁਤ ਅੱਛੀ ਸਿਕਿਉਰਿਟੀ ਸਟੇਟ ਹੈ ਲੇਕਿਨ ਬਾਵਜੂਦ ਉਸਤੇ ਸਾਡੇ ਇੱਥੇ ਜਿਹੜੇ ਅਤੰਕੀ ਹੈਗੇ ਆ ਜਾਂ ਜਿਹੜੇ ਮਾੜੇ ਅਨਸਰ ਉਹ ਕਦੇ ਨਾ ਕਦੇ ਟਾਰਗੇਟ ਕਰਦੇ ਰਹਿੰਦੇ ਆ। ਪੰਜਾਬ ਇਜ਼ ਵਨ ਆਫ ਦੋਜ਼ ਅਨਫੋਰਚੂਨੇਟ ਸਟੇਟਸ ਜਿੱਥੇ ਅਸੀਂ ਟੈਰਰਿਜ਼ਮ ਨੂੰ ਬਹੁਤ ਨੇੜਿਓਂ ਦੇਖਿਆ ਹੈ ਤੇ ਬਹੁਤ ਜ਼ਿਆਦਾ ਖਾਮਿਆਜ਼ਾ ਉਹਦਾ ਪੇ ਕੀਤਾ ਹੈ। ਟੈਰਰਿਜ਼ਮ ਤੇ ਉਸ ਤੋਂ ਪਹਿਲਾਂ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿੱਥੇ ਦੋ ਚੀਫ ਹੀ ਵਾਸ ਸ਼ਾਟ ਡੈਡ ਐਂਡ ਜਿਹੜੇ ਉਸ ਤੋਂ ਬਾਅਦ ਚੀਫ ਮਿਨਿਸਟਰ ਸੀਗੇ ਹੀ ਵਾਸ ਬਲਾਸਟਡ ਸੋ ਇਨ੍ਹਾਂ ਹਾਲਾਤਾਂ ਵਿੱਚ ਇਹ ਕਹਿਣਾ ਕਿ ਜਿਹੜੇ ਸਾਡੇ ਪਬਲਿਕ ਦੇ ਨੁਮਾਇंदे ਹੈਗੇ ਆ ਜਾਂ ਸਾਡੇ ਜਿਹੜੇ ਕਨਸਟੀਟਿਊਸ਼ਨਲ ਫਿਗਰ ਹੈਡਸ ਹੈ ਉਹਨਾਂ ਨੂੰ ਸਿਕਿਉਰ ਨਾ ਕੀਤਾ ਜਾਏ ਇਹ ਗਲਤ ਹੈ ਸਿਕਿਉਰਿਟੀ ਦੇਣੀ ਬਣਦੀ ਹੈ ਲੇਕਿਨ ਇਸ ਦੇ ਨਾਲ ਜਿਵੇਂ ਮੈਂ ਪਹਿਲਾਂ ਕਹੀ ਸੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਇੱਕ ਆਮ ਨਾਗਰਿਕ ਹੈ ਉਹਦੇ ਵਾਸਤੇ ਵੀ ਇੱਕ ਸਿਕਿਉਰਿਟੀ ਨੈਟ ਤੇ ਇੱਕ ਇੱਕ ਜੋ ਲੋੜਿੰਦੀ ਜਿਹੜੀ ਜ਼ਰੂਰਤ ਹੈ ਸਿਕਿਉਰਿਟੀ ਦੀ ਉਹ ਪੱਕੀ ਕੀਤੀ ਜਾਣੀ ਚਾਹੀਦੀ ਹੈ ਇਹ ਤਾਂ ਰਹੀ ਅੱਜ ਦੀ ਖਬਰ ਦੀ ਗੱਲ ਵੈਸੇ ਜਦੋਂ ਤੁਸੀਂ ਅਖਬਾਰ ਪੜ੍ਹਦੇ ਹੋ ਜੇ ਕੋਈ ਇਹੋ ਜਿਹੀ ਘਟਨਾ ਕੋਈ ਕਿਤੇ ਲੁੱਟਖੋਹ ਦੀ ਵਾਰਦਾਤ ਹੋਈ ਹੈ ਜਾਂ ਕੋਈ ਇਹੋ ਜਿਹੀ ਗੱਲ ਜਿੱਥੇ ਪੁਲਿਸ ਤੇ ਕੋਈ ਦੋਸ਼ ਲਾਇਆ ਗਿਆ ਹੋਵੇ ਉਸ ਤੇ ਤੁਸੀਂ ਅਖਬਾਰ ਪੜ੍ਹ ਕੇ ਐਕਸ਼ਨ ਲੈਂਦੇ ਹੋ ਜਾਂ ਉਸ ਖਬਰ ਦਾ ਪੂਰਾ ਮਿਲਾਂਕਣ ਕਰਦੇ ਹੋ ਸਭ ਤੋਂ ਪਹਿਲਾਂ ਮੈਂ ਇੱਕ ਦੱਸਣਾ ਚਾਹੂੰਗਾ ਕਿ ਇਹ ਜਿਹੜੇ ਇਹ ਜਿਹੜੇ ਸਾਡੇ ਅਖਬਾਰ ਹੈ ਇਹਨਾਂ ਦਾ ਸਾਨੂੰ ਬਹੁਤ ਅੱਛਾ ਸਪੋਰਟ ਮਿਲਦਾ ਹੈਗਾ ਅਖਬਾਰ ਇੱਕ ਇੰਡੀਪੈਂਡੈਂਟ ਏਜੰਸੀ ਹੈ ਜਿਹੜੀ ਇੱਕ ਪਬਲਿਕ ਦੀ ਆਵਾਜ਼ ਨੂੰ ਜਾਂ ਇੱਕ ਘਟਨਾ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਸਾਡੇ ਸਾਹਮਣੇ ਪੁਟ ਅਪ ਕਰਦੀ ਹੈ कोई भी क्राइम जोड़ा होया हंध आम तौर पर सानू जानकारली ऑलरेडी होंगी है तो असी उस कोई ना कोई बिकॉज रिपोर्टिंग सिस्टम यह है कि जब कोई वारदात होएगी इमीजिएटली इनफोरमेसन देती जाएगी तो असं उस कार्रवाई ऑलरेडी कर रहे होने लेकिन जो एक पब्लिक इंटरफेस तो बाद एक इंडपेंडेंट एजेंसी रिपोर्ट करती है उसे कई बार योजना गल् सामने आ जड़ियाँ या तो साढ़े नोटिस नहीं होंदिया या साडे तो लुकोईया गई होंदिया या साे तक नहीं पहुँची हों सो इन दैट सेंस जो योजी गल है भावें पुलिस की बदसलूकी होलिस की ढिलमठ की हो ਇਹ ਇਹ ਹੋਵੇ ਕਿ ਕੋਈ ਪਹਿਲੂ ਇਹੋ ਜਿਹਾ ਹੈਗਾ ਜਿਹੜਾ ਸਾਡੇ ਸਾਡੀ ਨਜ਼ਰੋਂ ਉਲਾ ਰਹਿ ਗਿਆ ਹੈਗਾ ਅਸੀਂ ਉਹਨੂੰ ਜ਼ਰੂਰ ਟੇਕ ਅਪ ਕਰਦੇ ਹਾਂ ਤੇ ਇਮੀਡੀਏਟਲੀ ਮਾਰਨਿੰਗ ਵਿੱਚ ਇਹੋ ਜੇ ਕੇਸਸ ਵਿੱਚ ਇਨਕੁਆਇਰੀ ਮਾਰ ਕੇ ਵੀ ਟੇਕ ਅ ਡਿਟੇਲ ਰਿਪੋਰਟ ਐਂਡ ਉਸਤੇ ਫਿਰ ਐਕਸ਼ਨ ਵੀ ਲਿਆ ਜਾਂਦਾ ਅ ਅੱਛਾ ਤੁਸੀਂ ਮੀਡੀਆ ਦੀ ਗੱਲ ਕੀਤੀ ਅ ਅੱਜ ਤੇ ਜੇ ਕਿਤੇ ਨਾਕਾ ਲੱਗਿਆ ਹੁੰਦਾ ਤਾਂ ਬਹੁਤ ਸਾਰੇ ਲੋਕ ਐਦਾਂ ਦੇ ਉੱਥੇ ਰੋਕੇ ਜਾਂਦੇ ਨੇ ਪੁਲਿਸ ਵੱਲੋਂ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਪ੍ਰੈਸ ਚ ਪੱਤਰਕਾਰ ਹ ਬਹੁਤ ਵੱਡੀ ਗੰਟੀ ਹੋ ਗਈ ਹੈ ਇਹਨਾਂ ਦੀ ਤੇ ਉਹ ਕਈ ਸੱਚੇ ਝੂਠੇ ਵਿੱਚ ਹੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਾਣ ਦਿੰਦੀ ਹੈ ਰੋਕਦੀ ਨਹੀਂ ਹੈਗੀ ਫਿਰ ਤੇ ਇਹਦੇ ਬਾਰੇ ਕੋਈ ਤੁਹਾਡੇ ਦਿਮਾਗ 'ਚ ਆਈ ਕਦੇ ਕਿ ਇਹਨਾਂ ਦੀ ਕੋਈ ਜਾਂਚ ਹੋਣੀ ਚਾਹੀਦੀ ਹੈ ਕਿ ਸਹੀ ਪੱਤਰਕਾਰ ਕੋ ਆਣ ਤੇ ਗਲਤ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜੀ ਕਿ ਇੰਡੀਆ ਇਜ਼ ਅ ਵਾਈਬਰੈਂਟ ਡੈਮੋਕ੍ਰੇਸੀ ਤੇ ਸਾਡੀ ਜਿਹੜੀ 4th ਸਟੇਟ ਹੈਗੀ ਹੈ ਉਹ ਵੱਧ ਰਹੀ ਹੈ ਇਸ ਕਰਕੇ ਹੁਣ ਤੁਸੀਂ ਚੰਡੀਗੜੀ ਲੈ ਲੋ ਕਟੋਕਟ 15 20 ਅਖਬਾਰ ਜਿਹੜੇ ਹੈਗੇ ਇੱਥੋਂ ਪ੍ਰਕਾਸ਼ਿਤ ਹੋ ਰਹੇ ਹੈ ਤੇ ਆਈ ਐਮ ਸ਼ੋਰ ਕਿ ਉਸੇ ਪ੍ਰੋਪੋਰਸ਼ਨ ਜਿਹੜੇ ਪ੍ਰੈਸ ਦੇ ਮੈਂਬਰਸ ਹੈ ਉਹ ਵੀ ਵੱਧ ਰਹੇ ਬਟ ਲੈਟ ਮੀ ਟੈਲ ਯੂ ਦਸ ਕਿ ਚੰਡੀਗੜ੍ਹ ਪੁਲਿਸ ਡਸ ਨੋਟ ਹੈਵ ਅ ਪੋਲਿਸੀ ਕਿ ਅਸੀਂ ਕੋਈ ਪੁਲਿਸ ਆਫਸਰ ਕੋਈ ਪ੍ਰੈਸ ਡਾਕਟਰ ਜਾਂ ਵਕੀਲ ਵਾਸਤੇ ਕੋਈ ਇਸ ਤਰੀਕੇ ਨਾਲ ਕੋਈ ਅਦਾਰਾ ਬਣਾਇਆ ਜਾਂ ਕੋਈ ਸਪੈਸ਼ਲ ਕੈਟੇਗਰੀ ਬਣਾਈ ਹੈ ਯੈਸ ਜੇ ਤੁਸੀਂ ਕੋਈ ਕਿਸੇ ਅਥਾਰਟੀ ਆਰਗੇਨਾਈਜੇਸ਼ਨ ਦੇ ਮੈਂਬਰ ਹੋ ਤੁਸੀਂ ਆਪਣੀ ਪਹਿਚਾਨ ਦੇ ਸਕਦੇ ਹੋ ਬਟ ਉਹ ਪਹਿਚਾਨ ਸਿਰਫ ਤੁਹਾਨੂੰ ਇੱਕ ਆਪਣੀ ਪਹਿਚਾਨ ਦਿੰਦੀ ਹੈ ਉਹ ਤੁਹਾਨੂੰ ਉਸ ਟੁੱਟੇ ਹੋਏ ਕਾਨੂੰਨ ਤੋਂ ਕਿਸੇ ਤਰੀਕੇ ਦਾ ਰਿਲੀਫ ਨਹੀਂ ਦਵਾਉਂਦੀ ਰਿਲੀਫ ਨਹੀਂ ਦਿੰਦੀ ਐਂਡ ਵੀ ਡੋਨਟ ਹੈਵ ਅ ਪਾਲਿਸੀ ਕਿ ਅਸੀਂ ਬਹੁਤ سارے ਲੋਕਾਂ ਨੇ ਜਿਹੜੇ ਪ੍ਰੈਸ ਦੇ ਕਾਰਡ ਨੇ ਆਇਡੈਂਟੀਟੀ ਕਾਰਡ ਨੇ ਉਹ ਐਸੇ ਕਰਕੇ ਬਣਵਾਏ ਹੋਏ ਨੇ ਕਿ ਪੁਲਿਸ ਨਾਕਿਆਂ ਤੇ ਪ੍ਰੈਸ ਵਾਲਿਆਂ ਨੂੰ ਰੋਕਦੀ ਨਹੀਂ ਉਹਨਾਂ ਤੋਂ ਬਚਣ ਲਈ ਡਾਕੂਮੈਂਟ ਨਹੀਂ ਹੈਗੇ ਤੇ ਹੈ ਤਾਂ ਬਰੀਚ ਨਹੀਂ ਕੋਸ਼ਿਸ਼ ਕਰਦੇ ਜੀ ਹੂੰ ਕੋਸ਼ਿਸ਼ ਕਰਦੇ ਹੈਗੇ ਅ ਜਦ ਤੁਸੀਂ ਆਪਣੀ ਆਈਡੈਂਟੀ ਦਿਖਾ ਦਿੰਦੇ ਹੋ ਉਹਦਾ ਸਿਰਫ ਇਹ ਹੁੰਦਾ ਹੈ ਕਿ ਬੰਦੇ ਦੀ ਪਹਿਚਾਨ ਹੋਣ ਨਾਲ ਬੰਦੇ ਦੇ ਨਾਲ ਸ਼ਾਇਦ ਜਿਹੜਾ ਡੀਲਿੰਗ ਹੁੰਦੀ ਹੈ ਉਹਦੇ 'ਚ ਥੋੜਾ ਬਹੁਤ ਫਰਕ ਆ ਜਾ ਲੇਕਿਨ ਇਟ ਡਸ ਨੋਟ ਅਫੈਕਟ ði ਆਊਟਕਮ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਅਸੀਂ ਪੁੱਛਦੇ ਹਾਂ ਕੀ ਗੱਲ ਕਰਨਾ ਚਾਹੁੰਦੇ ਨੇ ਉਹ ਹੈਲੋ ਹੈਲੋ ਮੈਂ ਜਗਵਿੰਦਰ ਸਿੰਘ ਮੱਤਾੜ ਬੋਲ ਰਿਹਾ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਗੱਲ ਕਰਨੀ ਚਾਹੁੰਦੇ ਹੋ ਆਪਣੇ ਤਾਂ ਮੇਰਾ ਇਹ ਸਵਾਲ ਹੈ ਜੇ ਜਦੋਂ ਕਾਨੂੰਨ ਦੇ ਰਖਵਾਲੇ ਹੀ ਛੇੜਛਾਣੀਆਂ ਮਹਿੰਦਾਂ ਨਾਲ ਕਰਨ ਲੱਗ ਪੈਣਗੇ ਹਾਂ ਜੀ ਤਾਂ ਫਿਰ ਆਮ ਲੋ ਉਬੀ ਉਹਨਾਂ ਮਲਵੇ ਕਿ ਕਰਨ ਲੱਗ ਪੈਣਗੇ ਜਦ ਕਾਨੂੰਨ ਦੇ ਰਖਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਿਸ ਨਾਲ ਨਾਲ ਜੋ ਸਾਡੀ ਡਾਲਟ ਡਿਊਟੀ ਕਰ ਰਹੀ ਹੈ ਅਸੀਂ ਉਹਦੇ ਨਾਲ ਛੇੜਛਾੜ ਨਹੀਂ ਕਰ ਰਹੇ ਆ ਇੱਕ ਉਹ ਵੀ ਕਿਸੇ ਦੀ ਪਤਨੀ ਸੀ ਇਹ ਸਮਝਿਆ ਜਾਵੇ ਇਹ ਵੀ ਕਿਸੇ ਦੀ ਭੈਣ ਸੀ ਜਾਂ ਕਿਸੇ ਦੀ ਮਾਂ ਸੀ ਕਿ ਸਾਡਾ ਸਮਾਜ ਇੰਨਾ ਗਿਰ ਗਿਆ ਹੈ ਕਿ ਇਹ ਨਾ ਕੀਤਾ ਜਾਵੇਗਾ ਕਲਯੁਗ ਬਹੁਤ ਵੱਧ ਗਿਆ ਹੈ ਕਿਉਂਕਿ ਅੰਤ ਦੁਨੀਆ ਦਾ ਆਜੂ ਗਿਆ ਹੈ ਇਹਨਾਂ ਦੇ ਗਲਗਾਮ ਕਿਉਂ ਹੀ ਕੱਟੀ ਜਾ ਰਹੀ ਇਹਨਾਂ ਦੇ ਸਖਤ ਕਾਰਵਾਈ ਹੋਵੇ ਅਸੀਂ ਕਿੰਨੀ ਰਾਨੀ ਕੋਸ਼ਿਸ਼ ਕੀਤੀ ਜਿਹੜੇ ਕਾਨੂੰਨ ਅਸੀਂ ਰੋਕਦੇ ਆ ਜਿਹੜਾ ਬਣਾਉਣੇ ਆ ਉਧਰ ਨੂੰ ਲੋਕ ਵੱਧੇ ਜਾਂਦੇ ਨੇ ਕਿਉਂ ਮਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਇਹਨਾਂ ਦਾ ਕਹਿਣਾ ਕਿ ਕੱਲ ਇੱਕ ਚੰਡੀਗੜ੍ਹ ਦੀ ਪਹਿਲਾ ਕਨਸਟੇਬਲ ਸੀ ਉਸਦੇ ਨਾਲ ਛੇੜਖਾਨੀ ਕੀਤੀ ਗਈ ਹੈ ਤੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਚੰਡੀਗੜ੍ਹ ਪੁਲਿਸ ਕਾਫੀ ਬਿਹਤਰ ਹੈ ਪੰਜਾਬ ਪੁਲਿਸ ਨਾਲੋਂ ਮੈਂ ਇਸ ਤੇ ਮਕਰ ਸਾਹਿਬ ਦੀ ਗੱਲ ਤੇ ਟਿੱਪਣੀ ਕਰਦਾ ਹਾਂ ਜੀ ਜੋ ਮਕਰ ਸਾਹਿਬ ਨੇ ਗੱਲ ਕੀਤੀ ਹੈ ਬਿਲਕੁਲ ਠੀਕ ਹੈ ये साडे समाज में एक प्रॉब्लम आ गई है कि कई थावे जी दिया प्रॉब्लम्स है बहुत वह हैं एंड कई थावें तो लोगों ने अपने कानून हाथ लेना शुरू कर दता है मैं इतने सारे दसना चाहवाँगा कि चंडीगढ़ पुलिस स्पैशली इस चीज़ वास्ते बहुत जागृत है तो पिछले साल तो एक बहुत तगड़ी मुहिम जी है चलाई जा रही है इस पर्टीकुलर इंसीडेंट में बहुत, बहुत स्ट्रिंजेंट सैक्शन के तहत केस रजिस्टर कर दता गया गईडेंटिफाई कर ली गई है एंड आई एम वेरी श्योर कि जोड़े बंद कोशिश की है उन्होंने फॉरन काबू किया जाएगा तो आईम श्योर कि ये सबक वो जिंदगी भर नहीं भुलन बिल्कुल ਕੋਈ ਇਹੋ ਜੀ ਘਟਨਾ ਹੋਈ ਹੋਵੇ ਜਦੋਂ ਤੁਹਾਨੂੰ অপরাধੀ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਕੇਸ ਦੀ ਛੇਤਰ ਪ੍ਰੇਰਣ ਕੀਤੀ ਜਾਣੀ ਚਾਹੀਦੀ ਹੈ ਕੋਈ ਐਦਾਂ ਦਾ ਗੁੱਸਾ ਆਉਂਦਾ ਮਤਲਬ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਉਸ ਵੇਲੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਇੱਕ ਸਿਟੀਜ਼ਨ ਵੀ ਹਾਂਗਾ ਇੰਡੀਵਿਜੂਅਲ ਵੀ ਹਾਂ ਤੇ ਪੁਲਿਸ ਆਫਸਰ ਵੀ ਹਾਂ ਕਈ ਵਾਰ ਅਕਸਰ ਇਹੋ ਜਿਹੀ ਗੱਲਾਂ ਹੋ ਜਾਂਦੀਆਂ ਜਿੱਥੇ ਤੁਹਾਡਾ ਜਿਹੜਾ ਪਰਸਨਲ ਹੁੰਦਾ ਉਹ ਉਹ ਬਹੁਤ ਜ਼ਿਆਦਾ ਐਜੀਟੇਟ ਹੁੰਦਾ ਤੁਹਾਡਾ ਜੀ ਕਰਦਾ ਕਿ ਜੇ ਫੋਰ ਐਗਜ਼ਾਮਪਲ ਆ ਦਾਮਨੀ ਕੇਸ ਹੋਇਆ ਸੀਗਾ ਇਸ ਕੇਸ ਵਿੱਚ ਸਿਰਫ ਮੇਰਾ ਹੀ ਨਹੀਂ ਆਮ ਸ਼ੋਰ ਦ ਐਨਟਾਇਰ ਨੇਸ਼ਨ ਵਾਸ ਐਜੀਟ ਸਰੈਂਡਾ ਜੀ ਕਰਦਾ ਸੀ ਕਿ ਇਹਨਾਂ ਨੂੰ ਫੌਰੀ ਤੌਰ ਤੇ ਕੋਈ ਨਾ ਕੋਈ ਉਹ ਜੀ ਸਜ਼ਾ ਦਿੱਤੀ ਜਾਏ ਤਾਂ ਕਿ ਇਹ ਸਬਕ ਪੜਨ। ਲੇਕਿਨ ਉਹ ਇੱਕ ਪਰਸਨਲ ਸੋਚ ਹੈ ਉਹ ਇੱਕ ਉਹ ਇੱਕ ਸਮਾਜਿਕ ਸੋਚ ਹੈ ਸਾਡੀ ਸਮਾਜਿਕ ਸੋਚ ਹੈ ਐਜ਼ ਅ ਬਟ ਮੈਨੂੰ ਇੱਕ ਦੂਸਰੀ ਜ਼ਿੰਮੇਵਾਰੀ ਜਿਹੜੀ ਹੈ ਉਹ बतौर ਇੱਕ ਸੀਨੀਅਰ ਪੁਲਿਸ ਆਫੀਸਰ ਸੋਚਣਾ ਪੈਂਦਾ ਐਂਡ ਸਾਡੇ ਦੇਸ਼ ਵਿੱਚ ਕਾਨੂੰਨ ਬਹੁਤ ਕਲੀਅਰ ਹੈ ਕਿ ਅਸੀਂ ਇੱਕ ਇਸੇ ਕ੍ਰਿਮੀਨਲ ਨੂੰ ਕਿਸ ਤਰੀਕੇ ਨਾਲ ਡੀਲ ਕਰਨਾ ਐਂਡ ਅਸੀਂ ਕਾਨੂੰਨ ਵਿੱਚ ਕਿਸੇ ਤਰੀਕੇ ਦੀ ਕੁਤਾਹੀ ਜਾਂ ਨਰਮੀ ਨਹੀਂ ਵਰਤੇ। ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਹੋਰ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਕੀ ਗੱਲ ਕਰਨਾ ਚਾਹੁੰਦੇ ਨੇ ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਅਸੀਂ ਬਠਿੰਡੇ ਤੋਂ ਬੋਲਦੇ ਹਾਂ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਹੈ ਸਰ ਦਰਸ਼ਨ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸਾਡੇ ਸ਼ੋਅ 'ਚ ਸਰ ਆਪਣੀ ਇੱਕ ਲੜਕੀ ਸੀ ਉਹਨੂੰ ਇੱਕ ਮੁੰਡਾ ਸੀ ਆਪਣਾ ਮਖਾ ਉਹ ਆਪਣਾ ਮੈਰਿਜ ਦਾ ਮਤਲਬ ਝਾਂਟਾ ਦੇ ਕੇ ਉਹਨੂੰ ਲੈ ਗਿਆ ਸੀ ਹਾਂਜੀ ਗੱਲ ਕਰੋ ਆਪਣੇ ਅੱਜ ਉਸ ਤੋਂ ਬਾਅਦ ਉਹ ਮੁੰਡੇ ਨੇ ਉਹ ਲੜਕੀ ਨੂੰ 1.5-2 ਮਹੀਨੇ ਰੱਖਿਆ ਉਸ ਤੋਂ ਬਾਅਦ ਉਸਨੂੰ ਵਾਪਸ ਦੇ ਦਿੱਤਾ ਉਹ ਲੜਕੀ ਦੇ ਨੰਗੋ 360 76 ਦਾ ਪਰਚਾ ਕੱਟਿਆ ਗਿਆ ਅੱਛਾ ਜੀ ਪਰਚਾ ਹੋਇਆ ਇਨਕੁਆਰੀ ਲੱਗ ਕੇ ਕੀ ਕਰ ਸਰ ਹਾਂਜੀ ਉਹ ਕੀ ਹੋਇਆ ਉਸ ਤੋਂ ਬਾਅਦ ਜਿਹੜੇ ਪੰਚਾਇਤ ਵਾਲੇ ਸੀ ਉਹ ਪਰਚਾ ਦਰਜ ਕਰਵਾਇਆ ਉਹਨਾਂ ਨੇ ਲੜਕੀ ਨੇ ਉਸ ਤੋਂ ਬਾਅਦ ਉਹ ਆਪਣਾ ਐਸਐਸਪੀ ਨੂੰ ਜਦੋਂ ਮੁਕੱਦਮਾ ਦਰਜ ਹੋਇਆ ਸੀ ਇਨਕੁਆਰੀ ਲੱਗ ਕੇ ਹੋਇਆ ਸੀ ਹਾਂਜੀ ਉਸ ਸਮੇਂ ਬਾਅਦ ਉੱਤੋਂ ਲੀਡਰਾਂ ਦਾ ਪ੍ਰੈਸ਼ਰ ਪੈ ਗਿਆ ਜੀ ਹਾਂਜੀ ਠੀਕ ਆ ਜੀ ਉਹ ਬੰਦੇ ਪੈਸੇ ਵਾਲੇ ਸੀ ਮੁਲਾਜ਼ਮ ਸੀ ਉਹ ਮੁੰਡਾ ਕਨਸਟੇਬਲ ਸੀ ਅਸਲ ਵਿੱਚ ਸਾਰ ਗੱਲ ਅੱਛਾ ਜੀ ਉਹ ਕਨਸਟੇਬਲ ਹੋਣ ਦੇ ਬਾਵਜੂਦ ਉਹਨਾਂ ਨੇ ਪ੍ਰੈਸ਼ਰ ਪਾ ਕੇ ਉਹੀ ਮੁਕੱਦਮਾ ਮਤਲਬ ਕੈਂਸਲ ਕਰਵਾਤਾ ਜੀ ਹੁਣ ਉਹ ਮਤਲਬ ਉਹਦਾ ਚਲਾਨ ਨਿਪੇਸ਼ ਕਰੇ 2 ਸਾਲ ਹੋ ਗਏ ਤਲਵੰਡੀ ਪੁਲਿਸ ਹੈ ਜੀ ਉਹ ਉਹਨੂੰ ਰੱਖੀ ਬੈਠੀ ਆ ਅ ਦਰਸ਼ਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ ਆਪਣੀ ਜਾਣਕਾਰੀ ਸਾਂਝੀ ਕਰਨ ਦਾ ਆਪਣੀ ਗੱਲ ਕੀਤੀ ਤੁਸੀਂ ਅ ਪੋਲੀਟੀਕਲ ਇੰਟਰਫੀਰੈਂਸ ਦੀ ਗੱਲ ਕੀਤੀ ਹੈ ਚੰਡੀਗੜ੍ਹ ਚ ਵੀ ਕੁਝ ਐਤਾ ਤਾਂ ਹੈ ਮੈਂ ਮੈਂ ਇਹਦੇ ਬਾਰੇ ਪਹਿਲਾਂ ਤੇ ਦੱਸਣਾ ਚਾਹੂੰਗਾ ਕਿ ਜਿਹੜਾ ਜਿਹੜੀ ਪੋਲੀਟੀਕਲ ਇੰਟਰਫੀਰੈਂਸ ਹੈ ਡੈਮੋਕ੍ਰੇਸੀ ਵਿੱਚ ਜਿਹੜੇ ਤੁਹਾਡੇ ਪੋਲਿਟਿਕਲ ਨੁਮਾਇੰਦੇ ਹੈਗੇ ਉਹਨਾਂ ਨੂੰ ਹੱਕ ਹੁੰਦਾ ਹੈ ਕਿ ਪਬਲਿਕ ਦੀ ਆਵਾਜ਼ ਜੇ ਸੁਪੋਜ਼ ਸਾਡੇ ਕੋਲੋਂ ਅਣ ਸੁਣੀ ਰਹੀ ਹੈ ਸਾਡੇ ਤੱਕ ਪਹੁੰਚਾਉਣਾ ਇੱਕ ਪ੍ਰਣਾਲੀ ਪੂਰੇ ਦੇਸ਼ ਵਿੱਚ ਪੂਰੇ ਸੂਬੇ ਵਿੱਚ ਤੇ ਚੰਡੀਗੜ੍ਹ ਵਿੱਚ ਐਗਜ਼ਿਸਟ ਕਰਦੀ ਹੈ ਜਿਹੜੇ ਸਾਡੇ ਇੱਥੇ ਪੋਲਿਟਿਕਲ ਰਿਪਰੈਜ਼ੈਂਟੇਟਿਵਸ ਹੈ ਉਹ ਅਕਸਰ ਸਾਡੇ ਤੱਕ ਗੱਲਾਂ ਪਹੁੰਚਾਉਂਦੇ ਹੈ ਕਿ ਇਸ ਗਲੀ ਚਾ ਹੋ ਰਿਹਾ ਇਸ ਮਹੌਲੇ ਚ ਹੋਇਆ ਧੱਕਾ ਹੋਇਆ ਲੇਕਿਨ ਪੋਲਿਟਿਕਲ ਇੰਟਰਫੀਰੈਂਸ ਅਲੱਗ ਚੀਜ਼ ਹੈ ਸਾਡੇ ਤੱਕ ਇੱਕ ਆਮ ਬੰਦੇ ਦੀ ਆਵਾਜ਼ ਪਹੁੰਚਾਉਣਾ ਉਹਦੀ ਉਹਦੀ ਦਿੱਕਤ ਤੋਂ ਸਾਨੂੰ ਜਾਨੂ ਕਰਾਉਣਾ ਇੱਕ ਉਚਿਤ ਗੱਲ ਹੈ ਤੇ ਜਿਹੜਾ ਪਬਲਿਕ ਨੁਮਾਇੰਦਾ ਉਹਦੀ ਜ਼ਿੰਮੇਵਾਰੀ ਹੈ ਲੇਕਿਨ ਉਸ ਗੱਲ ਨੂੰ ਕਸਰਟੀ ਤੇ ਨਾਪਣਾ ਤੇ ਜਾਇਜ਼ ਕੰਮ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ ਆਮ ਵੈਰੀ ਹੈਪੀ ਟੂ ਸੇ ਕਿ ਚੰਡੀਗੜ੍ਹ ਵਿੱਚ ਪੋਲਿਟੀਕਲ ਇੰਟਰਫੀਰੈਂਸ ਐਗਜ਼ਿਸਟ ਨਹੀਂ ਕਰਦੀ ਪੋਲਿਟੀਕਲ ਰਿਸਪੋਨਸੀਬਿਲਟੀ ਐਗਜ਼ਿਸਟ ਕਰਦੀ ਹੈ ਐਂਡ ਇੱਥੇ ਦੇ ਨੁਮਾਇੰਦੇ ਸਾਡੇ ਤੱਕ ਗੱਲਾਂ ਪਹੁੰਚਾਉਂਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨੂੰ ਅਸੀਂ ਆਂਕ ਕੇ ਜਿੱਥੇ ਬਣਦਾ ਹੋਇਆ ਰੈਲੀਫ ਹੋਈਏ ਉਹਦਾ ਹੀ ਅੱਛਾ ਚੰਡੀਗੜ੍ਹ ਤੇ ਐਨਫੋਰਸਮੈਂਟ ਦੀ ਗੱਲ ਆਪਾਂ ਕੀਤੀ ਹੈ ਹੁਣੇ ਜਦੋਂ ਜ਼ੀਰਿਕਪੁਰ ਰਾਹੀਂ ਜਾਂ ਮੋਹਾਲੀ ਰਾਹੀਂ ਕੋਈ ਐਂ ਗੱਡੀ ਲੈ ਕੇ ਅੰਦਰੋਂ ਉਹ ਆਪਣੇ ਆਪ ਸੀਟ ਬੈਲਟ ਲੱਗ ਜਾਂਦੀ ਹੈ ਤੇ ਉਹਦੀ ਜਿਹੜੀ ਲਾਈਟ ਦਾ ਬੀਮ ਆਊਟ ਲੋ ਹੋ ਜਾਂਦਾ ਹੈ। ਇਹ ਐਫੋਰਸਮੈਂਟ ਦੀ ਗੱਲ ਹੀ ਕਹੀ ਤੁਸੀਂ ਅਸੀਂ ਇਸ ਦੇ ਬਾਰੇ ਕੀ ਕਹੋਗੇ? ਬਿਲਕੁਲ ਇਹ ਤਾਂ ਸਾਡੇ ਵਾਸਤੇ ਬਹੁਤ ਪ੍ਰਾਈਡ ਦੀ ਗੱਲ ਹੈ ਐਂਡ ਵੀ ਆਰ ਵੈਰੀ ਹੈਪੀ। ਚੰਡੀਗੜ੍ਹ ਵਿੱਚ ਜੋ ਅਸੀਂ ਸਖਤ ਤੇ ਇਹਦੇ ਕਾਨੂੰਨ ਦੇ ਅਦਾਰੇ ਦੀ ਅਸੀਂ ਦੀ ਪਾਲਣਾ ਕਰਦੇ ਹਾਂ ਇਹ ਉਹਦਾ ਇੱਕ ਬੜਾ ਸਟੀਕ ਨਮੂਨਾ ਹੈਗਾ ਕਿ ਕਿਸੇ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਲੋਕ ਇਸ ਗੱਲ ਤੋਂ ਬਖੂਬੀ ਵਾਕਫ ਹੈ ਕਿ ਚੰਡੀਗੜ੍ਹ ਵਿੱਚ ਕਾਨੂੰਨ ਦਾ ਰਾਜ ਹੈ ਤੇ ਇਸ ਜਿਵੇਂ ਤੁਸੀਂ ਕਿਹਾ ਸੀਗਾ ਉਹ आई कार्ड ਦਾ ਜਾਂ ਜਾਂ ਪ੍ਰੈਸ ਦਾ ਹੁੰਦਾ ਉਸ ਉਹਦਾ ਕੋਈ ਇਥੇ ਰਿਲੀਫ ਨਹੀਂ ਮਿਲਦਾ ਤੇ ਇਸ ਕਰਕੇ ਬੰਦਾ ਭਾਵੇਂ ਪੰਜਾਬ ਤੋਂ ਆਏ ਭਾਵੇਂ ਹਰਿਆਣਾ ਤੋਂ ਆਏ ਉਹ ਜਿਵੇਂ ਜਿਵੇਂ ਚੰਡੀਗੜ੍ਹ ਐਂਟਰ ਕਰਦਾ ਉਹਨੂੰ ਪਤਾ ਹੈ ਕਿ ਕਾਨੂੰਨ ਦਾ ਰਾਜ ਆ ਗਿਆ ਹੈ ਐਂਡ ਹੀ ਮਸਟ ਫਾਲੋ ਦ ਰੂਲਸ 100 ਨੰਬਰ ਦੀ ਗੱਲ ਕਰਦੇ ਹਾਂ ਇਸ ਦੇ ਨਾਲ ਹੀ ਜਿਹੜੇ ਹੈਗੇ ਇਨਫੋਰਸਮੈਂਟ ਦੇ ਨਾਮ ਨਾਲ ਮੇਰਾ ਆਪਣਾ ਤਜਰਬਾ ਕਿ ਮੈਂ ਇੱਕ ਵਾਰ 100 ਨੰਬਰ ਤੇ ਫੋਨ ਕੀਤਾ ਸੀ ਤੇ 10 ਮਿੰਟ ਦੇ ਅੰਦਰ ਅੰਦਰ ਅਸੀਂ ਹਿੱਟ ਐਂਡ ਰਨ ਨਾਲ ਇੱਕ ਕਾਰ ਰੋਕੀ ਸੀ ਤੇ ਉਹ 100 ਨੰਬਰ ਤੇ ਆ ਕੇ ਉਹਨਾਂ ਨੇ ਜਿਹੜੀ ਵੀ ਪੈਟਰੋਲਿੰਗ ਪਾਰਟੀ ਸੀ ਉਹਨਾਂ ਨੇ ਆ ਕੇ ਫੜਿਆ ਪਰ ਕੁਝ ਲੋਕ ਦੋਸ਼ ਲਾਉਂਦੇ ਨੇ ਕਿ 100 ਨੰਬਰ ਤੇ ਰਿਸਪੌਂਡ ਨਹੀਂ ਕਰਦੇ ਜਲਦੀ ਜਲਦੀ ਉਹ ਚੰਡੀਗੜ੍ਹ ਦਾ ਜਿਹੜਾ 100 ਨੰਬਰ ਹੈ ਕੰਟਰੋਲ ਰੂਮ ਦਿਸ ਇਜ਼ ਵਨ ਆਫ ਦਾ ਬੈਸਟ ਇਨ ਦਾ ਕੰਟਰੀ ਸਾਡੀ ਇਹ ਕੋਸ਼ਿਸ਼ ਹੈ ਸਾਡੀ ਕੋਸ਼ਿਸ਼ ਸਾਡਾ ਯਕੀਨ ਹੈ ਕਿ ਅਨਲੈਸ ਕੋਈ ਬਹੁਤ ਪ੍ਰੋਬਲਮ ਆ ਜਾਏ ਕਿ ਟ੍ਰੈਫਿਕ ਜਮ ਹੋ ਜਾਏ ਕੋਈ ਦਿੱਕਤ ਹੋ ਜਾਏ ਤਿੰਨ ਤੋਂ ਪੰਜ ਮਿੰਟ ਦੇ ਵਿੱਚ ਸਾਡੀ ਗੱਡੀ ਜਿਹੜੀ ਉਹ ਮੌਕੇ ਤੇ ਪਹੁੰਚ ਜਾਂਦੀ ਹੈ ਅਸੀਂ ਆਲਸੋ ਹੈਵ ਅ ਸਿਸਟਮ ਕਿ ਅਸੀਂ ਜਦ ਜਿੰਨੀਆਂ ਵੀ ਸਾਡੇ ਕੋਲ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ ਅਗਲੇ ਦਿਨ ਅਸੀਂ ਫੋਨ ਕਰਕੇ ਉਸ ਬੰਦੇ ਤੋਂ ਵਾਪਸ ਪੁੱਛਦੇ ਹਾਂ ਕਿ ਸਾਡੀ ਸਰਵਿਸ ਜਿਹੜੀ ਸੀ ਉਹ ਸੈਟੀਸਫੈਕਟਰੀ ਸੀ ਕਿ ਨਹੀਂ ਅਸੀਂ ਕਸਟਮਰ ਫੀਡਬੈਕ ਲੈਨੇ ਆਂਡ ਆਮ ਵੈਰੀ ਹੈਪੀ ਟੂ ਨੋਟ ਕਿ 99% ਸੈਟੀਸਫੈਕਸ਼ਨ ਰੇਟ ਸਾਡਾ ਚੱਲ ਰਿਹਾ ਹੈ ਇਹ ਇੰਡੀਪੈਂਡੈਂਟ ਅਸੈਸਮੈਂਟ ਹੈ 99% ਸੈਟੀਸਫੈਕਸ਼ਨ ਰੇਟ ਚੱਲ ਰਿਹਾ ਹੈ ਆ ਬਾਵਜੂਦ ਇਸਤੇ ਆਫਟਰ ਆਲ ਹਿਊਮਨ ਹੈ ਤੇ ਡੀਲਿੰਗ ਚ ਫਰਕ ਹੋ ਸਕਦਾ ਹੈ ਕਈ ਵਾਰ ਬੰਦੇ ਦੀ ਡਿਮਾਂਡ ਚ ਫਰਕ ਹੋ ਸਕਦਾ ਤੇ ਹੋ ਸਕਦਾ ਕਿਸੇ ਥਾਂ ਮਤੇ ਪਬਲਿਕ ਜਿਹੜੀ ਹੈਗੀ ਉਹ ਡਿਸਸੈਟੀਸਫਾਈਡ ਹੋਏ ਮੈਂ ਇਹਦੇ ਵਿੱਚ ਬੇਨਤੀ ਕਰਾਂਗਾ ਕਿ ਜੇ ਕਿਤੇ ਕੋਈ ਹੋਜੀ ਗੱਲ ਹੁੰਦੀ ਹੈ ਪਬਲਿਕ ਸ਼ੁਡ ਕਾਲ ਬੈਕ ਐਂਡ ਰਜਿਸਟਰ देयर ਕੰਪਲੇਂਟ ਐਟ 100 ਨੰਬਰ 100 ਨੰਬਰ ਤੋਂ ਉਹਨਦੀ ਕੰਪਲੇਂਟ ਵੀ ਰਿਕਾਰਡ ਹੁੰਦੀ ਹੈ ਜ਼ਰੂਰੀ ਨਹੀਂ ਕਿ 100 ਨੰਬਰ ਤਾਂ ਹੀ ਕਾਲ ਕਰਨਾ ਕਿ ਤਕਲੀਫ ਹੈ ਜੇ ਤਕਲੀਫ ਦਾ ਨਿਵਾਰਣ ਨਾ ਹੋਵੇ ਜੇ ਤਕਲੀਫ ਤੋਂ ਤੁਹਾਨੂੰ ਇਹ ਨਾ ਲੱਗੇ ਕਿ ਸੈਟੀਸਫੈਕਟਰੀ ਕਾਰਵਾਈ ਹੋਈ ਹੈ ਤਾਂ ਵੀ ਸਾਨੂੰ ਦੱਸੋ ਅਸੀਂ ਉਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਨੇ ਐਂਡ ਵੀ ਟ੍ਰਾਈ ਟੂ ਇੰਪਰੂਵ ਨਹੀਂ ਹਰ ਸਿੰਘ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਈਵ ਟੀਜ਼ਿੰਗ ਦੀ ਚੰਡੀਗੜ੍ਹ ਦੇ ਵਿੱਚ ਦਿੱਲੀ ਵਾਲਾ ਜਿਹੜਾ ਗੈਂਗ ਰੇਪ ਹੋਇਆ ਉਸ ਤੋਂ ਬਾਅਦ ਸਾਰੇ ਸੂਬਿਆਂ ਦੀ ਪੁਲਿਸ ਜਾ ਕੇ ਉਹਨਾਂ ਨੇ ਕੁਝ ਸੁਧਾਰ ਕੀਤੇ ਕੁਝ ਸਖਤੀਆਂ ਕੀਤੀਆਂ ਤੇ ਤੁਸੀਂ ਵੀ ਇੱਕ ਸਹੂਲਤ ਪ੍ਰੋਵਾਈਡ ਕੀਤੀ ਲੜਕੀਆਂ ਨੂੰ ਕਿ ਰਾਤੀ 10 ਵਜੇ ਤੋਂ ਬਾਅਦ 100 ਨੰਬਰ ਤੇ ਫੋਨ ਕਰਕੇ ਪਿਕਅਪ ਲੈ ਸਕਦੀਆਂ ਨੇ ਤੇ ਚੰਡੀਗੜ੍ਹ ਪੁਲਿਸ ਉਹਨਾਂ ਦੀ ਹੈਲਪ ਕਰੇਗੀ ਉਹਨਾਂ ਨੂੰ ਘਰ ਛੱਟ ਕੇ ਆਏਗੀ ਮੈਂ ਦੱਸਣਾ ਇਹ ਜਿਹੜੀ ਸਹੂਲਤ ਦੀ ਤੁਸੀਂ ਗੱਲ ਕਰ ਰਹੇ ਹੋ ਦਿਸ ਵਾਸ ਨਾਟ ਓਨਲੀ ਆਫਟਰ 10 ਓ'ਕਲਾਕ इट इज़ एट एनी टाइम ऑफ द डे एनीवेयर चंडीगढ़ कदम भी क्राइसिस है प्रॉब्लम है गड्डी ब्रेकडाउन हो जाती है कल हो या एमरजेंसी है प्लीज़ कॉल अस चंडीगढ़ पुलिस केयर्स फॉर यू एंड एंड असं इस गलते वचनबद्ध हैं कि अं ते वास्ते हाज़िर होवेंगे एंड यू रिक्वायर अ पिकअप फैसिलिटी विल पिक यू अपर्फ रात वास्ते नहीं है ये सा कमिटमेंट हैगी है साडे साडी मातावं वास्ते सा कमिटमेंट है कि वी विल डू वट एवर इट टेक्स टू सिक्योर दैम ਜਿਹੜਾ ਦਿੱਲੀ ਦਾ ਗੈਂਗਰੇਪ ਕੇਸ ਹੈਗਾ ਇਹ ਤਾਂ ਇੱਕ ਬਹੁਤ ਹੀ ਦੁਖਦਕਟਨਾ ਹੈ ਤੇ ਇਹ ਸ਼ਾਇਦ ਉਸ ਟਾਈਮ ਆਇਆ ਜਿਸ ਟਾਈਮ ਦੇਸ਼ ਨੂੰ ਜ਼ਰੂਰ ਸੀ ਕਿ ਕਿ ਇਸ ਗੱਲ ਤੇ ਅਸੀਂ ਫੋਕਸ ਕਰੀਏ ਚੰਡੀਗੜ੍ਹ ਵਿੱਚ ਅਸੀਂ ਇਹ ਜਿਹੜੀ ਆਪਣੀ ਮੁਹਿੰਮ ਹੈ ਸਾਡੀ ਕੋਸ਼ਿਸ਼ ਹੈ ਲੜਕੀਆਂ ਨੂੰ ਸਿਕਿਉਰ ਕਰਨ ਦੀ ਇਸ ਤੋਂ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਅਸੀਂ ਰਿਅਲਾਈਜ਼ ਕਰ ਰਹੇ ਸੀਗੇ ਕਿ ਇਹ ਇੱਕ ਇਹੋ ਜਿਹੀ ਪ੍ਰੋਬਲਮ ਸੀ ਕਿ ਜਿਹਨੂੰ ਅਸੀਂ ਸਾਰੇ ਅਣਦੇਖਾ ਕਰ ਰਹੇ ਸੀ ਸਾਡੇ ਚਾਰੇ ਪਾਸੇ ਹੋ ਰਹੀ ਸੀ ਐਂਡ ਅਣਦੇਖਾ ਕਰਨ ਕਰਕੇ ਜਿਹੜੇ ਬੰਦੇ ਮਾੜੇ ਅਨਸਰ ਸੀਗੇ ਉਹਨਾਂ ਦੇ ਹੌਸਲੇ ਵਧਦੇ ਜਾ ਰਹੇ ਸੀਗੇ ਸੈਪਟੈਂਬਰ 2012 ਸਾਡੇ ਇਥੇ ਇੱਕ ਅਟੈਂਪਟਡ ਰੇਪ ਤਾਂ ਨਹੀਂ ਕਹਾਂਗਾ ਲੇਕਿਨ ਅਬਡਕਸ਼ਨ ਦੇ ਕੇਸ ਹੋਇਆ ਸੀ ਕੁੜੀ ਨੂੰ ਇੱਕ ਬੰਦਾ ਸਾਲ ਤੋਂ ਤੰਗ ਕਰ ਰਿਹਾ ਸੀ ਜਦ ਕੁੜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਸ ਬੰਦੇ ਨੂੰ ਗੱਡੀ 'ਚ ਉਸ ਕੁੜੀ ਨੂੰ ਗੱਡੀ 'ਚ ਕਸੀਟਣ ਦੀ ਕੋਸ਼ਿਸ਼ ਕੀਤੀ ਵੀ ਰੈਲਾਈਜ਼ ਕੀਤਾ ਕਿ ਇਹ ਸ਼ੁਭਾ ਸੀਰੀਅਸ ਹੈ ਕਿ ਜੇ ਜਿਹਨੂੰ ਅਣਦੇਖਾ ਕਰੀ ਜਾਵਾਂਗੇ ਇਹ ਕਿਸੇ ਨਾ ਕਿਸੇ ਦਿਨ ਪਟਾਕਾ ਪਾਏਗਾ ਐਂਡ ਡੈਲੀ ਦਾ ਕੇਸ ਇਜ਼ ਅ ਪਰਫੈਕਟ ਕੇਸ ਇਨ ਪੁਆਇੰਟ ਅਸੀਂ ਉਹਨੂੰ ਨਜ਼ਰਅੰਦਾਜ਼ ਕਰਦੇ ਰਹੇ ਉਹ ਜਿਹੜੀ ਇੱਕ ਛੋਟੀ ਜੀ ਫਿੰਸੀ ਸੀ ਉਹ ਨਾਸੂਰ ਬਣਦਾ ਚਲਾ ਗਿਆ ਤੇ ਐਂਡ ਵਿੱਚ ਐਡੀ ਵੱਡੀ ਖਾਮਿਆਜ਼ਾ ਪੂਰੇ ਸਮਾਜ ਨੂੰ ਤੇ ਇੱਕ ਬੱਚੇ ਨੂੰ ਦੇਣਾ ਪਿਆ ਆਪਣੀ ਜਾਨ ਗਵਾਉਣੀ ਪਈ ਚੰਡੀਗੜ੍ਹ ਵਿੱਚ ਅਸੀਂ ਕਈ ਚੀਜ਼ਾਂ ਕੀਤੀਆਂ ਹੈਗੀਆਂ ਜਿਹੜੀ ਤੁਸੀਂ ਗੱਲ ਕਹੀ ਹੈ ਡ੍ਰੌਪ ਵਾਲੀ ਫੈਸਿਲਿਟੀ ਦਿਸ ਇਜ਼ ਓਨਲੀ ਵਨ ਅਸੀਂ ,00 100 ਨੰਬਰ ਦੀ ਦੇ ਬਾਰੇ ਬਹੁਤ ਜ਼ਾਰੇ ਬੱਚਿਆਂ ਨੂੰ ਬਹੁਤ 1000ਸ ਆਫ ਚਿਲड्रन ਵੀ ਹੈਵ ਡਨ 83 ਇੰਸਟੀਟਿਊਸ਼ਨਸ ਐਂਡ ਅਪ੍ਰੋਕਸੀਮੇਟਲੀ 1 ਲੱਖ ਦੇ ਕਰੀਬ ਬੱਚੇ ਨੂੰ ਅਸੀਂ ਅਪਰੋਚ ਕਰ ਚੁੱਕੇ ਹਾਂ ਡਾਇਰੈਕਟਲੀ ਚੰਡੀਗੜ੍ਹ ਪੁਲਿਸ ਅਸੀਂ ਬੱਚਿਆਂ ਨੂੰ ਉਹਨਾਂ ਦੇ ਰਾਈਟਸ ਬਾਰੇ ਜਾਗਰੂਕ ਕਰਾ ਰਹੇ ਹਾਂ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਹਾਡੇ ਕੋਲ 1 ਆਫ ਦਾ ਬੈਸਟ ਪੀਸੀਆਰ ਫੈਸਿਲਿਟੀ ਹੈ ਐਂਡ ਤੁਸੀਂ ਪੁਲਿਸ ਦੀ ਸਪੋਰਟ ਸਿਰਫ 100 ਨੰਬਰ ਡਾਇਲ ਕਰਕੇ ਦੋ ਤੋਂ ਤਿੰਨ ਮਿੰਟਾਂ ਚ ਪੁਲਿਸ ਦੀ ਸਪੋਰਟ ਲੈ ਸਕਦੇ ਹੋ ਐਂਡ ਆਮ ਵੀਰੀ ਹੈਪੀ ਟੂ ਨੋਟ ਕਿ ਚੰਡੀਗੜ੍ਹ ਦੇ ਲੋਕ ਸਾਨੂੰ ਪਿਛਲੇ 4 ਮਹੀਨਿਆਂ 'ਚ ਕਰੀਬ ਪੌਣੇ 400 ਕਾਲਸ ਰਿਸੀਵ ਹੋ ਚੁੱਕੀਆਂ ਐ ਡਿਫਰੈਂਟ ਟਾਈਮਸ ਡਿਫਰੈਂਟ ਏਜ ਗਰੁੱਪਸ ਛੋਟੇ ਬੱਚੇ ਲੇਡੀਜ਼ ਬਜ਼ੁਰਗ ਜਿਨ੍ਹਾਂ ਨੇ ਸਾਨੂੰ ਜਿੱਥੇ-ਜਿੱਥੇ ਪ੍ਰੋਬਲਮ ਆਈ ਐ ਨੋਟ ਕਰਾਇਆ ਐ ਐਂਡ ਅਸੀਂ ਤਕਰੀਬਨ 100 ਤੋਂ ਉੱਪਰ ਕੇਸ ਰਜਿਸਟਰ ਕਰ ਚੁੱਕੇ ਐ ਐਂਡ ਆ ਚੰਡੀਗੜ੍ਹ ਵਿੱਚ ਆਮ ਪ੍ਰੀਟੀ ਸ਼ੋਰ ਕਿ ਜੋ ਵੀ ਬੰਦਾ ਛੇੜਛਾੜ ਵਾਰੇ ਸੋਚਦਾ ਐ ਉਹ ਘਟੋ-ਘਟ ਦੋ ਵਾਰ ਤਾਂ ਸੋਚਦਾ ਹੋਏਗਾ ਕਿ ਮੈਂ ਪੰਗਾ ਲਵਾ ਕਿਨੂੰ ਆ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਅਸੀਂ ਇਹ ਪੁੱਛਦੇ ਆ ਉਹਨਾਂ ਤੋਂ ਕੀ ਗੱਲ ਕਰਨੀ ਚਾਹੁੰਦੇ ਨੇ ਹੈਲੋ ਹੈਲੋ ਸਸੀਕਾਲ ਜੀ ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ ਤੁਸੀਂ ਹੈਲੋ ਹੈਲੋ ਆਪਾਂ ਦੂਸਰੇ ਕਾਲਰ ਨਾਲ ਗੱਲ ਕਰਦੇ ਆ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਹੈਲੋ ਹਾਂਜੀ ਸਸੀਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਆ ਭਾਜੀ ਹਾਂਜੀ ਕਿੱਥੋਂ ਬੋਲਦੇ ਹੋ ਤੁਸੀਂ ਮੈਂ ਦੋਹਾ ਕਦਰ ਤੋਂ ਬੋਲ ਰਿਹਾ ਜੀ ਗੁਰਦੀਪ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ 쇼 ਚ ਮੈਂ ਭਾਜੀ ਗੱਲ ਇਹੀ ਕਰਨਾ ਚਾਹੁੰਦਾ ਜਿਹੜਾ ਦਿੱਲੀ ਗੈਵਰੇਪ ਹੋਇਆ ਵਾ ਹਾਂਜੀ ਹਾਂਜੀ ਉਹ ਵੇਲੇ ਹੀ ਕੁੜੀ ਅਨਸਾਫ਼ ਮੰਗਦੀ ਮੰਗਦੀ ਮਰ ਗਈ ਆ ਵਿਚਾਰੀ ਹਾਂਜੀ ਤੇ ਹਾਈਟ ਆ ਕੋ ਦਾ ਕੁਝ ਨਹੀਂ ਹੋਇਆਗਾ ਇਹ ਜਿਹੜਾ ਇਹਨਾਂ ਦਾ ਕੇਸ ਲੜ ਰਹੀ ਏ ਫਿਰ ਸਰਕਾਰੀ ਖੁਦ ਲੜ ਰਹੀ ਏ ਜਿਹੜੇ ਬੰਦਾ ਦਾ ਕੇਸ ਲੜ ਰਹੀ ਏ ਦਾ ਮਤਲਬ ਤਾਂ ਇਹੀ ਹੋ ਗਿਆ ਨਾ ਗੁਰਦੀਪ ਸਿੰਘ ਜੀ ਉਹ ਉਹ ਕੇਸ ਦੇ ਵਿੱਚ ਗੁਰਦੀਪ ਸਿੰਘ ਜੀ ਚਲਾਨ ਪੇਸ਼ ਹੋ ਚੁੱਕਿਆ ਤੇ ਉਹਦੀ ਰੋਜ਼ ਸੁਣਵਾਈ ਹੋ ਰਹੀ ਏ ਤੇ ਉਹਦੇ ਚ ਜਿਹੜੇ ਜੁਵੈਨਾਈ ਐਕਟ ਹੈ ਉਹਦੇ ਤਹਿਤ ਵੀ ਉਹਦੇ ਚ ਵੀ ਸੁਧਾਰ ਕਰਨ ਦੀ ਗੱਲ ਚੱਲ ਰਹੀ ਏ ਪਾਰਲੀਮੈਂਟਸ ਵੀ ਮਾਮਲਾ ਉੱਠਿਆ ਪੂਰੀ ਉਹਦੇ ਤੇ ਗੱਲਬਾਤ ਚੱਲ ਰਹੀ ਏ ਹੋਰ ਕੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਨ ਦੀ ਅ ਤੁਸੀਂ ਗੱਲ ਕਰ ਰਹੇ ਸੀ ਕਿ ਬਹੁਤ ਵਧੀਆ ਕੰਮ ਕੀਤਾ ਚੰਡੀਗੜ੍ਹ ਪੁਲਿਸ ਨੇ ਇੱਕ ਤੁਸੀਂ ਜਦੋਂ ਚੰਡੀਗੜ੍ਹ ਦੇ ਵਿੱਚ ਆਏ ਉਸ ਤੋਂ ਬਾਅਦ ਵਿਵਾਦਾਂ 'ਚ ਵੀ ਰਹੇ ਤੇ ਕਾਫੀ ਅਚੀਵਮੈਂਟਸ ਵੀ ਤੁਸੀਂ ਹਾਸਲ ਕੀਤੀਆਂ ਇੱਕ ਸਭ ਤੋਂ ਵੱਡਾ ਕੇਸ ਜਿਹੜਾ ਹੋਇਆ ਤਨਿਸ਼ਕ ਰੋਬਰੀ ਕੇਸ ਹੋਇਆ ਮਨੀ ਮਾਜਰਾ ਦੇ ਵਿੱਚ ਉਹ 12 ਕਰੋੜ ਦੀ ਜਿਹੜੀ ਡਕੈਤੀ ਹੋਈ ਸੀ ਉਤੋਂ ਗਹਿਣਿਆਂ ਦੀ ਸੋਨੇ ਦੇ ਗਹਿਣਿਆਂ ਦੀ ਬਹੁਤ ਵੱਡਾ ਮਾਮਲਾ ਤੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ तानिश चंडीगढ़ पुलिस वास्ते वॉटर शैड से एक तानिश केस होया बच्चे की किडनैपिंग हुई सी दो केस सी के, सी के। जो चंडीगढ़ पुलिस वास्ते वॉटर शैड से बतौर एस एस पी जो चंडगढ़ पुलिस की वर्किंग से प्रणाली से वो जो असं शोध किए इतों टर्न आया इसको तो पहले कुछ छोटे मोटे केस होर भी सके जिन्हें सिस्टमिक फेलियरस हो रहे थ एंड चंडगढ़ पुलिस डिलीवर नहीं कर पा रही थे असी सारे अफसर ने बैठ के एक सज बनाई कि सा कमी है तो की सानू इंपरूवमेंट की लड़ है ਅਣ ਤਨਿਸ਼ ਕੇਸ ਉਹ ਕੇਸ ਹੈ ਜਿੱਥੋਂ ਅਸੀਂ ਆਪਣੀ ਜਿਹੜੀ ਸੀ ਕਾਮਯਾਬੀ ਦਾ ਪਰਚਮ ਲਹਿਰਾਇਆ ਸੀਗਾ 12 ਕਰੋੜ ਦੀ ਡਕੈਤੀ ਸੀਗੀ ਤੇ ਬੰਦੇ ਬਾਹਰੋਂ ਆਏ ਸੀ ਰਾਤ ਨੂੰ ਲੁੱਟ ਕੇ ਲੈ ਗਏ ਸੀ 48 ਘੰਟੇ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਨਾ ਸਿਰਫ ਬੰਦੇ ਫੜ ਲਏ ਬਲਕਿ 100% ਰਿਕਵਰੀ ਅਫੈਕਟ ਕਰ ਦਿੱਤੀ ਇਹ ਹਜੇ ਤੱਕ ਦੀ ਨਾਰਥ ਇੰਡੀਆ ਦੀ ਸ਼ਾਇਦ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਡਕੈਤੀ ਸੀ ਤੇ ਸਭ ਤੋਂ ਵੱਡੀ ਰਿਕਵਰੀ ਸੀ ਤੇ ਖੁਸ਼ਪ੍ਰੀਤ ਮਾਮਲੇ 'ਚ ਕਾਫੀ ਪੁਲਿਸ ਦੀ ਨਿੰਦਾ ਵੀ ਹੋਈ ਉਹਦੇ 'ਚ ਤੁਸੀਂ ਕੀ ਸੋਚਦੇ ਹੋ ਕਿ ਕਿੱਥੇ ਕਮੀ ਕਿੱਥੇ ਰਹੀ ਜਿਵੇਂ ਮੈਂ ਕਿਹਾ ਖੁਸ਼ਪ੍ਰੀਤ ਕੇਸੋ ਕੇਸ ਹੈ ਖੁਸ਼ਪ੍ਰੀਤ ਕੇਸ ਐਕਚੁਅਲੀ ਇਸ ਤੋਂ ਪਹਿਲਾਂ ਹੋਇਆ ਸੀਗਾ ਬੱਚਾ ਜਿਹੜਾ ਸੀ ਕਿਡਨਾਪ ਹੋ ਗਿਆ ਸੀ ਮਿਲਿਆ ਨਹੀਂ ਸੀ ਉਸ ਵੇਲੇ ਵੈਨ ਦ ਸੈਕੰਡ ਕੇਸ ਆਪਨ ਖੁਸ਼ਪ੍ਰੀਤ ਕੇਸ ਵਾਸ ਅਗੇਨ ਅ ਕੇਸ ਜਿੱਥੇ ਸਾਡੀ ਸਿਸਟੈਮਿਕ ਫੇਲਿਅਰਸ ਹੋ ਰਹੇ ਸੀਗੇ ਸ਼ਾਇਦ ਅਸੀਂ ਆਪਣੀ ਪੋਜੀਸ਼ਨਸ ਨੂੰ ਫੋਰ ਗਰੰਟਡ ਲੈ ਲਿਆ ਸੀਗਾ ਸ਼ਾਇਦ ਅਸੀਂ ਇੰਨੇ ਤਿਆਰ ਨਹੀਂ ਸੀਗੇ ਇਹਨੇ ਅਸੀਂ ਕਮਰਾ ਨਹੀਂ ਕਸਿਆ ਸੀਗੇ ਕਿ ਅਸੀਂ ਪਬਲਿਕ ਦੇ ਦੇ ਜ਼ਿੰਮੇਵਾਰ ਹੈ ਤੇ ਇਹ ਸਾਨੂੰ ਪ੍ਰੋਫੈਸ਼ਨਲ ਪੁਲਿਸਿੰਗ ਜਿਹੜੀ ਹੈ ਉਹਦੇ ਤੇ ਅਸੀਂ ਅਕਾਊਂਟੇਬਲ ਹੋਲਡ ਹੋਵਾਂਗੇ ਸਾਡੀ ਜਿਹੜੀ ਟੈਕਨੀਕਲ ਕਪੈਸਿਟੀ ਸੀਗੀ ਉਹ ਕਮਜ਼ੋਰ ਸੀ ਸਾਡੇ ਸ਼ਾਇਦ ਜਿਹੜੇ ਜਿਹੜੇ ਅਫਸਰਾਂ ਨੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹਨਾਂ ਪੋਸਟਾਂ ਤੇ ਨਹੀਂ ਸੀਗੇ ਕਈ ਕਈ ਛੋਟੀ ਵੱਡੀਆਂ ਇਹੋ ਜਿਹੀਆਂ ਗੱਲਾਂ ਸੀਗੀਆਂ ਜਿਨ੍ਹਾਂ ਦਾ ਜਿਨ੍ਹਾਂ ਦਾ ਖਮਿਆਜ਼ਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਬੱਚੇ ਦੀ ਜਾਨ ਨਾਲ ਦੇਣਾ ਪਿਆ ਲੇਕਿਨ ਉਸ ਤੋਂ ਬਾਅਦ ਅਸੀਂ ਨਾ ਸਿਰਫ ਉਹ ਕੇਸ ਸਟ੍ਰੇਸ ਕੀਤਾ ਅਸੀਂ ਉਹਦੇ ਜਿਹੜੇ ਕਲਪਰੇਟ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਲਕਿ ਉਸ ਤੋਂ ਬਾਅਦ ਕੋਈ ਇਹੋ ਜਿਹਾ ਕੇਸ ਚੰਡੀਗੜ੍ਹ ਵਿੱਚ ਕਿਡਨਾਪਿੰਗ ਦਾ ਜਾਂ ਵੱਡੀ ਡਕੈਤੀ ਦਾ ਨਹੀਂ ਹੋਇਆ ਹੈ ਜਾਂ ਮਰਡਰ ਦਾ ਜਿਹੜਾ ਚੰਡੀਗੜ੍ਹ ਪੁਲਿਸ ਨੇ ਉਸ ਤੋਂ ਬਾਅਦ ਬਹੁਤ ਵਧੀਆ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੀ ਨਾਮ ਹੈ ਤੁਹਾਡਾ ਜੀ ਬਲਵਿੰਦਰ ਸਿੰਘ ਬੋਲ ਰਿਹਾ ਫਾਜ਼ਿਲਕਾ ਤੋਂ ਬਲਵਿੰਦਰ ਸਿੰਘ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸ਼ੋਚ ਤੁਸੀਂ ਜੀ ਮੈਂ ਇਹ ਪੁੱਛਣਾ ਚਾਹੁੰਨਾ ਨੌਨਿਹਾਲ ਸਿੰਘ ਜੀ ਨੂੰ ਵੀ ਜਿਵੇਂ ਪੰਜਾਬ ਪੁਲਿਸ ਹੈ ਜੀ ਪੰਜਾਬ ਪੁਲਿਸ ਜਿਹੜੇ ਪੈਸੇ ਜਿਵੇਂ ਕਿਸੇ ਕੇਸ ਦੇ ਵਿੱਚ ਡੀਲ ਕਰਦੇ ਆ ਆਪਣੀ ਗੱਲ ਜਾਰੀ ਰੱਖੋ ਜੀ ਤੁਸੀਂ ਗੱਲ ਕਰੋ ਹਾਂ ਜੀ ਹਾਂ ਜੀ ਇਹ ਜਿਹੜੇ ਪੈਸੇ ਲੈਂਦੇ ਇਹ ਲੈਣੇ ਕਿੰਨੇ ਕੁ ਜਾਇਜ਼ ਹੁੰਦੇ ਆ ਜੀ ਜਿਵੇਂ ਕਿਸੇ ਵੀ ਕੇਸ ਦੇ ਵਿੱਚ ਡੀਲਿੰਗ ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵਾਲੇ ਆਉਂਦੇ ਆ ਘਰ ਜੇ ਇਨਕੁਆਇਰੀ ਵਗੈਰਾ ਕੋਈ ਕਰਨੀ ਹੋਵੇ ਇਹ ਪੁਲਿਸ ਵਾਲੇ ਕਹਿੰਦੇ ਆ ਜੀ ਚਾਹ ਪਾਣੀ ਦੇ ਦਿਓ ਤੇਲ ਪਾਣੀ ਦੇ ਦਿਓ ਇਹ ਲੈਣੇ ਕਿੰਨੇ ਕਿੱਜ ਜ ਹੁੰਦੇ ਜੀ ਮੈਂ ਇਸ ਗੱਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਹੈਲੋ ਲੱਗਦਾ ਇਹ ਇੰਤਜ਼ਾਰ ਨਹੀਂ ਕਰ ਸਕੇ ਇਹਨਾਂ ਦਾ ਸਵਾਲ ਹੈ ਕਿ ਪੰਜਾਬ ਦੇ ਵਿੱਚ ਤਾਂ ਕਿ ਫੀਸ ਨਿਰਧਾਰਤ ਕੀਤੀ ਗਈ ਹੈ ਹੁਣ ਤਾਂ ਪਰ ਉਸ ਤੋਂ ਪਹਿਲਾਂ ਜਦੋਂ ਯਾ ਪਾਸਪੋਰਟ ਦੀ ਇਨਕੁਆਰੀ ਜਾਂ ਕੋਈ ਹੋਰ ਕੋਈ ਇਨਕੁਆਰੀ ਆ ਉਹ ਚਾਹ ਪਾਣੀ ਦਾ ਇੱਕ ਪ੍ਰਚਲਨ ਹੈ ਕਾਫੀ ਲੰਬੇ ਸਮੇਂ ਤੋਂ ਹੈ ਨਹੀਂ ਬਲਵੰਦਰ ਸਿੰਘ ਜੀ ਉਹ ਗੱਲ ਕਹਤੀ ਜਿਹੜੀ ਸ਼ਾਇਦ ਆਪਾਂ ਦਵੇ ਸ਼ਬਦਾਂ ਨਾਲ ਕਹਿੰਦੇ ਕਹਿੰਦੇ ਨਹੀਂ ਕਰਪਸ਼ਨ ਹੈ ਨਾ ਡਿਪਾਰਟਮੈਂਟ ਹੀ ਇਜ਼ ਐਬਸੋਲੂਟਲੀ ਰਾਈਟ ਕਰਪਸ਼ਨ ਨਹੀਂ ਹੋਣੀ ਚਾਹੀਦੀ ਨਾ ਟੋਲਰਟ ਕੀਤੀ ਜਾਣੀ ਚਾਹੀਦੀ ਹੈ ਨਾ ਕੀਤੀ ਜਾਣੀ ਚਾਹੀਦੀ ਹੈ ਪ੍ਰੋਬਲਮ ਫਿਰ ਉਹੀ ਹੈ ਜਿਹੜੀ ਪੁਲਿਸ ਹੈ ਉਹ ਸਮਾਜ ਦਾ ਹੀ ਪ੍ਰਤੀਬਿੰਬ ਹੈ ਸਮਾਜ ਦਾ ਹੀ ਇਸ ਹੈ ਪੁਲਿਸ ਵਾਲਾ ਕਿਤੋਂ ਬਾਹਰੋਂ ਨਹੀਂ ਆਉਂਦਾ ਤੇ ਕਿਤੇ ਬਾਹਰ ਨਹੀਂ ਰਹਿੰਦਾ ਉਹ ਉਹਨਾਂ ਪਿੰਡਾਂ ਚੋਂ ਉਹਨਾਂ ਸ਼ਹਿਰਾਂ ਤੋਂ ਹੀ ਪੜਿਆ ਜੰਮਿਆ ਹੁੰਦਾ ਪਲਜਮ ਹੁੰਦਾ ਉੱਥੋਂ ਹੀ ਪੁਲਿਸ ਭਰਤੀ ਹੁੰਦਾ ਤੇ ਉੱਥੇ ਹੀ ਆਪਣੀ ਨੌਕਰੀ ਕਰਦਾ ਹੈ ਐਜ਼ ਲੀਡਰ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਰਦੇ ਆ ਰਹੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹੋ ਜਿਹਾ ਸਿਸਟਮ ਬਣਾਈਏ ਕਿ ਇਹਨਾਂ ਨੂੰ ਕ腐ਸ਼ਨ ਕਰਨ ਦਾ ਮੌਕਾ ਹੀ ਨਾ ਮਿਲੇ ਤੇ ਜਿੱਥੇ ਕੋਈ ਇਹੋ ਜੀ ਗੱਲ ਸਾਡੀ ਨੋਟਿਸ ਹੈ ਸਖਤ ਤੋਂ ਸਖਤ ਸਜ਼ਾ ਦਈਏ ਲੇਕਿਨ ਇੱਕ ਮੇਰੀ ਸਾਰਿਆਂ ਨੂੰ ਬੇਨਤੀ ਹੈ ਅਪੀਲ ਹੈ ਕਿ ਤਾਲੀ ਕਦੇ ਹੱਥ ਨਾਲ ਨਹੀਂ ਵੱਜਦੀ ਕਰਪਸ਼ਨ ਕਰਨਾ ਕਰਪਸ਼ਨ ਮੰਗਣਾ ਇੱਕ ਪਹਿਲੂ ਹੈ ਉਸ ਉਸ ਪ੍ਰੋਬਲਮ ਦਾ ਪੈਸੇ ਦੇਣ ਵਾਲਾ ਵੀ ਇਸਤ ਦੇਣ ਵਾਲਾ ਵੀ ਉਨਾ ਹੀ ਦੇਣ ਵਾਲਾ ਵੀ ਉਹਨੂੰ ਇਨਕਰੇਜ ਕਰਦਾ ਹੈ ਅਸੀਂ ਜਦ ਬਾਰ ਬਾਰ ਲੋਕਾਂ ਨੂੰ ਅਪੀਲ ਕਰਦੇ ਹਾਂ ਸਾਨੂੰ ਦੱਸੋ ਆਮ ਤੌਰ ਤੇ ਲੋਕ ਸਾਡੇ ਕੋਲ ਇਹ ਕਰਕੇ ਨਹੀਂ ਆਉਂਦੇ ਕਿ ਕੌਣ ਪੰਗਾ ਲਏਗਾ ਕੌਣ ਦੁਸ਼ਮਣੀ ਲਏਗਾ ਮੈਂ ਕਿਉਂ ਦੱਸਾਂ ਮੇਰੇ ਹੱਥ ਵੀ ਉਨੇ ਹੀ ਤਗੜੇ ਹੈ ਮੈਂ ਇਹ ਟੀਜ਼ਿੰਗ ਦੀ ਗੱਲ ਕੀਤੀ ਈਵ ਟੀਜ਼ਿੰਗ ਮੈਂ ਤਾਂ ਰੋਕ ਸਕਦਾ ਜੇ ਮੈਨੂੰ ਕੋਈ ਬੱਚਾ ਦੱਸੇਗਾ ਮੇਨਾਂ ਈਵ ਟੀਜ਼ਿੰਗ ਹੋ ਰਹੀ ਹੈ ਉਸ ਬੰਦੇ ਨੂੰ ਸਜ਼ਾ ਤਾਂ ਦਿਵਾ ਸਕਦਾ ਜੇ ਕੋਈ ਖੜਾ ਹੋ ਕੇ ਕਹੇ ਕਿ ਹਾਂ ਮੈਂ ਕਹਿੰਨਾ ਹੈ ਕਿ ਫਲਾਣੇ ਬੰਦੇ ਨੇ ਮੇਰੇ ਨਾਲ ਇਹ ਜ਼ਬਰਦਸਤੀ ਕੀਤੀ ਹੈ ਜੇ ਬੰਦਾ ਚੁੱਪ ਰਹੇਗਾ ਨਾ ਸਾਡੇ ਤੱਕ ਨੋਟ ਲੇਜ ਆਏਗੀ ਨਾ ਅਸੀਂ ਉਹਨੂੰ ਸਜ਼ਾ ਦੇ ਸਕਦੇ ਹਾਂ ਸੋ ਬਲਵਿੰਦਰ ਸਿੰਘ ਜੀ ਨੂੰ ਮੇਰੀ ਇਹ ਬੇਨਤੀ ਹੈ ਇਹਨਾਂ ਨੇ ਬਹੁਤ ਅੱਛਾ ਇਸ਼ੂ ਫਲੈਗ ਕੀਤਾ ਕਿ ਜੇ ਸਾਨੂੰ ਇਸ ਗੱਲ ਦੀ ਤਕਲੀਫ ਹੈ ਤਾਂ ਸਾਨੂੰ ਜ਼ਿੰਮੇਵਾਰੀ ਤੇ ਹੌਸਲਾ ਦੋਨੋਂ ਦਿਖਾਉਣਾ ਚਾਹੀਦਾ ਹੈ ਉਹਨੂੰ ਮਨਾ ਕਰਨਾ ਚਾਹੀਦਾ ਹੈ ਤੇ ਅਫਸਰਾਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਸੁਝਾਅ ਜਿਹੜੇ ਆਪਣੇ ਹੱਕਾਂ ਬਾਰੇ ਜਾਂ ਅਮਨ ਕਾਨੂੰਨ ਬਾਰੇ ਕੋਈ ਦੇਣਾ ਚਾਹਤ ਹੋ ਮੈਂ ਸਿਰਫ ਇਹਨਾਂ ਕਹਾਂਗਾ ਕਿ ਇਹ ਜਿਹੜੀ ਪੁਲਿਸ ਹੈ ਇਹ ਤੁਹਾਡੀ ਪੁਲਿਸ ਹੈ ਤੁਹਾਡੇ ਸਮ जो भी तुम इस तो चाहोगे जो भी इस तो तुसी मंगोगे, ये डिलीवर करेगी पंजाब पुलिस चंडीगढ़ पुलिस मैं अजक इतने तैनात है इसको तो पहला मैं पंजाब पुलिस का अफसर है उतों उ मेरा काडर है मैं तुम्हें तो दसना चाहूँगा कि इस पुलिस ने टैरिजम लड़या हैगा ये कल मिसाल है योजी दुनिया जिथे एक योजी जोड़ी सिचुएशन जिथे लगता से कि शायद ये सूबा वक् हो जाएगा वह वापस वापस शांति दे एक बहुत वो उपलब्धि है ਇਹ ਸਿਰਫ ਮੈਂ ਤਾਂ ਕਹਿ ਰਿਹਾ ਕਿ ਚੰ ਇਹ ਜਿਹੜੀ ਤੁਹਾਡੀ ਪੁਲਿਸ ਹੈ ਪੰਜਾਬ ਪੁਲਿਸ ਜਾਂ ਚੰਡੀਗੜ੍ਹ ਪੁਲਿਸ ਇਹ ਡਿਲੀਵਰ ਕਰ ਸਕਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਸਾਡੇ ਸਾਡੇ ਵਿੱਚ ਫੇਥ ਰੱਖਣ ਸਾਡੇ ਤੋਂ ਆਪਣੇ ਹੱਕ ਮੰਗਣ ਤੇ ਦ ਪੁਲਿਸ will rise to the occasion and ਅਸੀਂ ਡਿਲੀਵਰ ਕਰਾਂਗੇ ਨੌਨਿਹਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਚ ਆਏ ਅੱਜ ਚੰਡੀਗੜ੍ਹ ਦੇ ਆਮਨ ਕੂਨ ਤੇ ਹੋਰ ਦੇਸ਼ ਦੇ ਵਿੱਚ ਜਿਹੜੀ પરિਸਥਿਤੀਆਂ ਪੈਦਾ ਹੋਈਆਂ ਨੇ ਉਹਦੇ ਤੇ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਥੈਂਕ ਯੂ ਇਸ ਦੇ ਨਾਲ ਹੀ ਸਾਡਾ ਅੱਜ ਦਾ ਬ੍ਰੇਕਫਾਸਟ ਸ਼ੋ ਇੱਥੇ ਖਤਮ ਹੁੰਦਾ ਹੈ ਕੱਲ ਫੇਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਇੱਕ ਨਵੇਂ ਮਸਲੇ ਦੇ ਨਾਲ ਉਸ ਤੇ ਚਰਚਾ ਕਰਾਂਗੇ ਫਿਲਹਾਲ ਸਾਡਾ ਇੱਥੇ ਹੀ ਪ੍ਰੋਗਰਾਮ ਖਤਮ ਹੁੰਦਾ ਹੈ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਇਸ ਪ੍ਰੋਗਰਾਮ ਨੂੰ ਹੋਰ ਚੰਗੇਰਾ ਬਣਾਉਣ ਲਈ ਐਡੀਟਰ @dayandnightnews.com ਤੇ ਧੰਨਵਾਦ खबरों की दुनिया में आइए हमारे साथ कहीं भी और कभी भी जुड़िए हम मिलेंगे फेसबुक पर हम दिखेंगे यूट्यूब पर हमें फॉलो कीजिए ट्विटर पर खबरों के साथ बने रहिए रात दिन